ਸਵੇਰਾ ਹੋ ਗਈਆਂ ਨੇ ਤੇ ਸਾਡੀਆਂ ਐਲਟਾਂ ਵੀ ਸ਼ੁਰੂ ਹੋ ਗਈਆਂ ਨੇ। ਸ੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ? ਸਾਰੇ ਠੀਕ ਠਾਕ ਹੋ? ਓਵੇ ਆਪਾਂ ਚੱਲੇ ਜਲੰਧਰ, ਜਲੰਧਰ ਦਾ ਗੇੜਾ ਆਪਣੇ ਕੋਲ ਪੁੱਜੀਆਂ ਗੱਡੀਆਂ ਫਿਰ ਨੀਵੀਆਂ ਨੀਵੀਆਂ ਲੱਗਦੀਆਂ ਨੇ ਸਾਹਮਣੇ। ਸਾਰੀ ਦੀ ਬੈਟਰੀ ਲੋਅ ਆ, ਸਟਾਰਟ ਨਹੀਂ ਹੋ ਰਹੀ, ਸਿਰਫ ਚੱਕ ਨਹੀਂ ਰਹੀ। ਅਸੀਂ ਸਿਰਫ ਚੱਕ ਕੇ ਦੇਖਦੇ ਹਾਂ ਜਾਂ ਨਾਲੀ ਸੀ ਪੇਂਟ ਖੁੱਲ ਗਈ ਨਾ, ਚੱਕ ਲਾ। ਗੱਡੀ ਤਾਂ ਸਟਾਰਟ ਹੋ ਗਈ ਆ ਪਰ ਹੋਈ ਧੱਕਾ ਲਾ ਗਿਆ ਬਾਈ। ਪਹਿਲਾਂ ਇੱਥੋਂ ਪਾਉਣ ਲੱਗਾ ਸੀ, ਇਹ ਭਾਈਆਂ ਦੀ ਦੁਕਾਨ ਆ, ਬੜੇ ਭਾਰੇ ਪੈਂਟ ਹੈਗੇ, 13,000 ਦਾ ਇੱਕ ਟਾਇਰ ਦੱਸਣ ਡੇ ਸੀਗੇ ਅਤੇ ਇੱਧਰ ਸਾਨੂੰ ਚਾਰੇ ਟਾਇਰ ਮੇਰੇ ਖਿਆਲ 34,000 ਦੇ ਪੈਣੇ ਸਾਰੇ। ਚੈੱਕ ਬਾਈ ਨੇ ਹਾਲੇ ਹੋਰ ਘਟਾ ਦੇਣੇ ਮੈਂ ਨਵੇਂ ਟਾਇਰ ਪਾਈਏ ਫਿਰ। ਚਲੋ ਪਾਈਏ ਫਿਰ। ਮੈਨੂੰ ਲੱਗਦਾ ਇੱਥੇ 5 ਵੱਜਣਗੇ। ਮੈਂ ਹਾਲੇ ਜਾਣਾ ਆ ਪਿੰਡ, ਫਿਰ ਪਿੰਡ ਜਾ ਕੇ ਪੱਠੇ ਪੁੱਤਰ ਕੇ ਪਾਉਣੇ ਆ, ਬਹੁਤ ਟਾਈਮ ਲੱਗ ਜਾਣਾ। ਠੀਕ ਠਾਕ ਹੋਵੇ ਆਪਾਂ ਚੱਲੇ ਜਲੰਧਰ, ਜਲੰਧਰ ਦਾ ਗੇੜਾ ਆਪਣੇ ਕੋਲ। ਆਪਾਂ ਥੋੜੀ ਜਿਹੀ ਲੇਟ ਚੱਲ ਰਹੇ ਆ ਪਰ ਫੋਨ ਫੀਲ ਉਹਨਾਂ ਦਾ ਥੋੜਾ ਲੇਟ ਹੀ ਆਇਆ ਸੀਗਾ ਤੇ ਦਿਖਾਉਣੇ ਫਿਰ ਤੁਹਾਨੂੰ ਆਪਾਂ ਅੱਗੇ ਦੀ ਜਰਨੀ। ਤੇ ਚੈਨਲ ਆਪਣਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਤੁਸੀਂ ਦੇਖ ਲੈਂਦੇ ਵੀਡੀਓ, ਸਬਸਕ੍ਰਾਈਬ ਨਹੀਂ ਕਰਦੇ ਚੈਨਲ ਤਾਂ ਰਿਕੁਐਸਟ ਹੈ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰੋ। ਓਕੇ ਜੀ, ਆਪਾਂ ਪਹੁੰਚ ਗਏ ਲੋਕੇਸ਼ਨ 'ਤੇ, ਆਪਾਂ ਇੱਥੇ ਆ ਕਰਾ ਦਿੰਦਾ। ਸਫਾਰੀ ਕੱਢਣੀ ਆ, ਟਾਇਰ ਪਵਾ ਕੇ ਲਿਆਉਣੇ ਅੱਜ ਇਸ ਗੱਡੀ ਦੇ, ਇੱਥੇ ਜਲੰਧਰੋਂ ਹੀ ਜਲੰਧਰੋਂ ਪੈਣੇ ਆ ਟਾਇਰ ਇਹਦੇ, ਸ਼ਾਸਤਰੀ ਮਾਰਕੀਟ 'ਚੋਂ ਸਫਾਰੀ, ਟੋਪ ਮਾਡਲ ਸਫਾਰੀ ਹੈ। ਚਲਾਉਣ ਦਾ ਸਵਾਦ ਵੀ ਵੱਖਰਾ, ਵੱਡੀ ਗੱਡੀ ਹੈ ਨਾ, ਉੱਚੀ ਉੱਚੀਆਂ ਗੱਡੀਆਂ ਫਿਰ ਨੀਵੀਆਂ ਨੀਵੀਆਂ ਲੱਗਦੀਆਂ ਨੇ ਸਾਹਮਣੇ। ਵੀ ਆ ਬਾਈ ਹੁਣ ਦਾ ਡੈਰੀ ਫਾਰਮ ਵੀ ਛੋਟਾ ਜਿਹਾ ਬਣਾਇਆ, ਬੜਾ ਸੋਹਣਾ। ਕੀ ਬਾਤ ਆ, ਬਹੁਤ ਸੋਹਣਾ ਸਿਸਟਮ ਇੱਥੇ। ਆਹ ਮੇਨ ਰੋਡ ਜਾਂਦਾ ਆ ਜਲੰਧਰ ਤੋਂ ਸੁਲਤਾਨਪੁਰ ਲੋਧੀ ਨੂੰ। ਆਹ ਸ਼ਿਕਾਰੀ ਵੀ ਰੱਖੇ ਆ। ਸਫਾਰੀ ਦੀ ਬੈਟਰੀ ਲੋਅ ਆ, ਸਟਾਰਟ ਨਹੀਂ ਹੋ ਰਹੀ, ਸਿਰਫ ਚੱਕ ਨਹੀਂ ਰਹੀ। ਅਸੀਂ ਸਿਰਫ ਚੱਕ ਕੇ ਦੇਖਦੇ ਹਾਂ ਜਾਂ ਨਾਲੀ ਸੀ ਬੈਟਰੀ ਲਾਉਣੇ, ਕਨੈਕਟ ਕਰਦੇ ਫਿਰ ਸਟਾਰਟ ਕਰਦੇ ਹਾਂ। ਚੱਲ ਕੇ ਤਾਂ ਸਹੀ ਹੋ ਜਾਣੀ ਕੋਈ ਬੈਟਰੀ, ਚੱਕ ਲਾ ਬਈ। ਜਿੰਨ ਦੀ ਅਸੀਂ ਬੈਟਰੀ ਕੱਢ ਕੇ ਲਾਈ ਤਾਂ ਹੈਗੀ ਆ ਸਫਾਰੀ ਦੇ ਨਾਲ, ਪੰਗੇ ਪੁੰਗੇ ਲੈ ਗਏ ਵਾਹਵਾ, ਅੱਧਾ ਪੌਣਾ ਘੰਟਾ ਘੋਲਦੇ ਰਹੇ ਪਰ ਗੱਲ ਨਹੀਂ ਬਣੀ ਹੈ ਨਾ। ਬਥੇਰੀਆਂ ਸਲਫਾਂ ਸੁਲਫਾਂ ਮਾਰ ਕੇ ਦੇਖੀਆਂ, ਬੈਟਰੀ ਬਦਲ ਕੇ ਦੇਖੀ, ਤਾਰਾਂ ਲਾ ਕੇ ਦੇਖੀਆਂ ਪਰ ਨਹੀਂ। ਗੱਡੀ ਤਾਂ ਸਟਾਰਟ ਹੋ ਗਈ ਆ ਪਰ ਹੋਈ ਧੱਕਾ ਲਾ ਗਿਆ, ਬੜੀ ਔਖੀ ਸਟਾਰਟ ਕੀਤੀ ਆ ਜੀ। ਆਹ ਰੇੜ ਤੋਂ ਗੱਡੀ ਆਇਆ ਨੂੰ ਰੋੜੀ ਫਿਰ ਸਟਾਰਟ ਕੀਤੀ ਆ ਜੀ। ਹੱਥ ਤੇਰਾ ਨਾ ਖਰਾ, ਇੱਕ ਵਾਰੀ ਗਰਮ ਹੋ ਗਈ 10 ਮਿੰਟ ਫਿਰ ਬੈਟਰੀ ਚਾਰਜ ਹੋ ਜਾਣੀ। ਆ ਪਿਛਲੇ ਦੋਨੇ ਟਾਇਰ ਬਦਲਾਉਣ ਵਾਲੇ ਆ, ਦੇਖਦੇ ਆ ਕੀ ਭਾਲ ਹੋਵੇ। ਬਾਈ ਪਹਿਲਾਂ ਇੱਥੋਂ ਪਾਉਣ ਲੱਗਾ ਸੀ, ਇਹ ਭਾਈਆਂ ਦੀ ਦੁਕਾਨ ਆ, ਬੜੇ ਭਾਰੇ ਪੈਂਟ ਹੈਗੇ, 13,000 ਦਾ ਇੱਕ ਟਾਇਰ ਦੱਸਣ ਡੇ ਸੀਗੇ ਅਤੇ ਇੱਧਰ ਸਾਨੂੰ ਚਾਰੇ ਟਾਇਰ ਮੇਰੇ ਖਿਆਲ 34,000 ਦੇ ਪੈਣੇ ਸਾਰੇ, ਅਤੇ ਇੱਕ ਟਾਇਰ 13 ਦੱਸ ਦੇਈਏ। ਹੁਣ ਭਾਈਆਂ ਨੂੰ ਛੱਡ ਕੇ ਸਾਹ ਤੇਰੇ ਕੋਲ ਆਏ ਹਾਂ ਅਤੇ ਮਾਨਤਾਰ ਪੂਰਾ ਆ, ਪਰ ਪਹਿਲਾਂ ਵੀ ਆਉਂਦੇ ਰਹੇ ਤਾਂ ਹੀ ਇੱਥੇ ਪਹੁੰਚੇ, ਰਿਕਾਰਡ ਆ ਭਰਾ ਦਾ ਦਿਲੋਂ, ਹੈ ਨਾ। ਮਿਹਰਬਾਨੀ ਆ ਸਾਹ, ਅਤੇ ਜੇ ਹੋਰ ਵੀ ਕਿਸੇ ਨੇ ਬਾਈ ਨੇ ਇੱਥੇ ਆਉਣਾ ਗਾ ਅਤੇ ਬਾਈ ਦੀ ਹੈਗੀ ਆ ਬੰਬੇ ਮੋਟਰ, ਪੂਰਾ ਐਡਰੈਸ ਕੀ ਆ ਭਾਈ? ਪੂਰਾ ਐਡਰੈਸ ਕੀ ਆ? ਸ਼ਾਸਤਰੀ ਮਾਰਕੀਟ ਜਲੰਧਰ, ਨਿਊ ਬੰਬੇ ਟਾਇਰ ਸਰਵਿਸ। ਸ਼ੌਪ ਨੰਬਰ? ਸ਼ੌਪ ਨੰਬਰ ਇੱਥੇ ਸ਼ੌਪ ਨੰਬਰ 4। ਸ਼ੌਪ ਨੰਬਰ 4 ਸ਼ਾਸਤਰੀ ਮਾਰਕੀਟ, ਆਹ ਚੌਂਕ ਪੈਂਦਾ ਬਾਈ ਦਾ ਅਤੇ ਆਹ ਇੱਧਰ ਨੂੰ ਚੱਲ ਜਾਂਦਾ ਦੂਜੇ ਨੂੰ ਭਾਜੀ। ਕਿਹੜੇ ਚੌਂਕ ਨੂੰ ਪੈ ਜਾਂਦਾ? ਪੈ ਜਾਂਦਾ ਜੀ ਆਪਣਾ ਬੱਸ ਸਟੈਂਡ ਰੋਡ, ਬੱਸ ਸਟੈਂਡ ਰੋਡ ਪੈ ਜਾਂਦਾ ਇੱਥੇ। ਆਹ ਬੰਬੇ ਮੋਟਰ ਅਤੇ ਬੜੇ ਵਾਜਬ ਰੇਟ ਨੇ, ਤੁਹਾਨੂੰ ਇੱਥੇ ਹਰੇਕ ਚੀਜ਼ ਮਿਲ ਜਾਣੀ ਹੈ। ਪਹਿਲੇ ਬਾਈ ਨੇ ਸਾਨੂੰ ਹੋਰ ਇਹ ਤਾਂ ਹੀ ਤਾਂ ਹੀ ਹੈ, ਦੂਜੇ ਪ੍ਰਵਾਸੀ ਬੈਠੇ ਬੰਦੇ, ਇੱਕ ਤਾਂ ਭਾਰੇ ਪੈਣ ਡੇ ਸੀ, ਇੱਕ ਔਖੇ ਟੁੱਤੇ ਹੁੰਦੇ ਜੀ, ਹੈ ਨਾ। ਕਹਿੰਦੇ ਹੈ ਸਾਨੂੰ ਬਾਈ ਨੇ ਹਲੇ ਹੋਰ ਘਟਾ ਦੇਣੇ ਮੈਂ। ਇਹ ਬਾਈ ਤੋਂ ਮੇਰੇ ਪਿੰਡ ਦੇ ਮੁੰਡੇ ਪਹਿਲਾਂ ਵੀ ਨਾ ਟੈਟੂ ਪਾਉਂਦੇ ਇਹਨੇ ਗੱਡੀਆਂ ਦੇ, ਤਾਂ ਕਰਕੇ ਆਪਣਾ ਬਾਕ ਪਿਆ ਥੋੜ੍ਹਾ ਅਤੇ ਆਪਾਂ ਨੂੰ ਵਾਜਬ ਰੇਟ 'ਤੇ ਮਿਲ ਗਿਆ ਟਾਇਰ। ਟਾਈਮ 'ਤੇ ਥੋੜ੍ਹਾ ਲਾਤਾ ਸਟੋਰ 'ਚੋਂ ਕੱਢਣ ਗਿਆ, ਇਹਨੇ ਵੀ ਅੱਧਾ ਪੌਣਾ ਘੰਟਾ ਲਾਤਾ ਟਾਇਰ ਲਿਆਉਣ ਨੂੰ, ਟਾਇਰ ਪਾਉਣ ਨੂੰ ਤਾਂ 10-15 ਮਿੰਟ ਹੀ ਲੱਗਦੇ ਆ।
ਟਾਇਰ ਵਧੀਆ ਤੁਹਾਨੂੰ ਖਾਸ ਕੇ ਪਾ ਦੇ ਮੈਂ। ਕੀ ਬਾਤ, ਟਾਇਰ ਟੂਰ ਗੱਡੀ ਦੇ ਪਵਾ ਲਏ ਆ, ਸੋਹਣੇ ਲੱਗਦੇ ਆ ਹਨਾ, ਤੇ ਹੁਣ ਮਹਿੰਗਾ ਨਾਲ ਲੱਗਦੇ ਆ, ਉੱਥੇ ਅਲਾਈਨਮੈਂਟ ਵੀ ਕਰਾ ਲਈਏ। ਕਹਿੰਦੇ ਲੱਗਣਾ ਟਾਈਮ ਲੈ, 15 ਮਿੰਟ ਵੇਟ ਕਰੋ। ਮਹਿੰਗਾ ਜਾਤੀ ਦੂਜੀ ਗੱਡੀ ਮੂਹਰੇ ਹੁੰਦੀ ਆ ਹੈ ਨਾ, ਅਲਾਈਨਮੈਂਟ ਜਾਤੀ ਅਸੀਂ ਖਾਣ ਨੂੰ ਜੋਮੈਟੋ ਤੋਂ ਕੁਛ ਮੰਗਾ ਲਿਆ। ਅਸੀਂ ਕਿਹਾ ਭੁੱਖ ਬਹੁਤ ਲੱਗੀ ਸੀਗੀ, ਫਿਰ ਇਹਨਾਂ ਨੂੰ ਕੋਈ ਪੀਜ਼ਾ ਔਡਰ ਕੀਤੇ, ਇੱਕ ਦੇ ਨਾਲ ਦੋ ਫਰੀ ਸੀਗੇ, ਸੀਗੇ ਤਾਂ ਛੋਟੇ ਛੋਟੇ ਹੀ ਉੱਦਾਂ। ਮੈਂ ਫਿਰ ਖਾਂਦੇ ਖਾਂਦੇ ਐਵੇਂ ਕਿ ਗੱਡੀ 'ਚ ਉੱਤਰ ਗਏ, ਕਹਿੰਦੇ ਤਾਂ ਅਸੀਂ ਪੇਟ ਪੂਜਾ ਕਰ ਲਈਏ, ਤੂੰ ਜਾਤੀ ਗੱਡੀ ਲਾ ਆਪੇ ਟਿਕਾਣੇ 'ਤੇ, ਅਤੇ ਇਹਦੀ ਅਲਾਈਨਮੈਂਟ ਕਰ। ਇੱਧਰੋਂ ਵੀ ਹੋਵੇ ਵਿਹਲੇ, ਹੁਣ ਮਿਲੇ ਆ ਟਾਕੀਆਂ ਦੀਆਂ ਰਾਊਟਾਂ ਰੂਟਾਂ ਪਾਉਣੀਆਂ ਅਤੇ ਇੱਕ ਬੈਟਰੀ ਚੇਂਜ ਕਰਾਉਣੀਆਂ ਨੇ, ਬਾਕੀ ਕੰਮ ਬਾਅਦ 'ਚ। ਮੈਨੂੰ ਲੱਗਦਾ ਇੱਥੇ 5 ਵੱਜਣਗੇ, ਮੈਂ ਹਾਲੇ ਜਾਣਾ ਆ ਪਿੰਡ, ਫਿਰ ਪਿੰਡ ਜਾ ਕੇ ਪੱਠੇ ਕੁਤਰ ਕੇ ਪਾਉਣੇ, ਹਾਲੇ ਬਹੁਤ ਟਾਈਮ ਲੱਗ ਜਾਣਾ, 5:15 ਵੱਜ ਜਾਣੇ ਆ ਸ਼ਾਇਦ, ਇੱਦੋਂ ਵੀ ਲੇਟ ਨਾ ਹੋ ਜਾਈਏ ਕਿਤੇ। ਇਹ ਹੋਰਨ ਵੀ ਇਹਦਾ ਲੱਗਣ ਵਾਲਾ ਆ, ਹੋਰਨ ਦਿਖਾ ਦੇ ਭਾਜੀ ਮਾੜਾ ਜਿਹਾ। ਸਰ ਕਰੇਟਾ ਵਾਲੇ ਚਾਹੀਦੇ, ਕਿਹੜੇ ਚਾਹੀਦੇ ਨੇ ਦਿਖਾ ਦੇ ਸਾਨੂੰ, ਜਿਹੜੇ ਪੀ ਪੀ ਵਾਲੇ ਵੀ ਦਿਖਾ ਦੇ, ਪਾਪਾ ਵਾਲੇ ਵੀ ਦਿਖਾ ਦੇ, ਆਹ ਪਾਪਾ ਵਾਲੇ ਆ। ਅੱਛਾ ਜੀ, ਫਿਰ ਆਪਾਂ ਬਾਈ ਨੂੰ ਕਿਹਾ ਇੱਕ ਵਾਰੀ ਗੱਡੀ 'ਤੇ ਲਾ ਕੇ ਵਜਾ ਕੇ ਵੀ ਦਿਖਾ ਦੇ ਕਿੱਦਾਂ ਲੱਗਦਾ। ਗੱਡੀ ਦੀਆਂ ਤਾਕੀਆਂ ਦੀਆਂ ਰਾਬਟਾਂ ਰੂਟਾਂ ਢਿੱਲੀਆਂ ਸੀਗੀਆਂ, ਅਤੇ ਬਾਈ ਨੂੰ ਮੈਂ ਕਿਹਾ ਹੈ ਨਾ ਰਾਬਟਾ ਲਾ ਕੇ, ਅਤੇ ਗਲੂ ਬੁਲਾਉਣਾ ਹੋਇਆ ਨਾ ਫਿਕਸ ਕਰ ਦੇ ਚੰਗੀ ਤਰ੍ਹਾਂ, ਹਾਲੇ ਟਾਈਮ ਪੱਤਾ ਲੱਗ ਜਾਣਾ ਬੜਾ ਵਧੀਆ। ਫਿਰ ਭੁੱਖ ਲੱਗੀ ਸੀ ਸਾਹਮਣੇ ਸ਼ਹਿਰ ਰੇਹੜੀ ਸੀ ਸ਼ਕਰਗੰਦੀ ਵਾਲੀ, ਮੈਂ ਕਿਹਾ ਬਾਈ ਕਰਦੇ ਆ ਕੰਪਲੇਟ ਠੋਕਵੀਂ, ਹੈ ਇਕੱਲੀ ਸ਼ਕਰਗੰਦੀ ਕਰੀ ਮੈਕਸ ਨਹੀਂ, ਇਕੱਲੀ ਸਵਾਦ ਲੱਗਦੀ ਆ। ਅਤੇ ਸਾਹਮਣੇ ਆਪਣੀ BMC ਚੌਂਕ, ਸਾਹਮਣੇ ਮੈਕਡੋਨਲਡ ਵੀ ਸੀ, ਮੈਂ ਕਿਹਾ ਬਾਈ ਤੂੰ ਐਂ ਨਾ ਚਟਨੀ ਚੁਟਨੀ ਸੌਸ ਸੂਸ ਉੱਤੇ ਪਾ ਦੇ, ਕਹਿੰਦਾ ਕੋਈ ਚੱਕ ਨਹੀਂ ਟੈਂਸ਼ਨ ਹੈ ਉਸਤਾਦ, ਪੂਰੀ ਵਧੀਆ ਬਣਾ ਕੇ ਦੇਗਾ। ਮੈਂ ਕਿਹਾ ਠੀਕ ਆ ਕੋਈ ਚੱਕ ਨਹੀਂ, ਆ ਫੁੱਲ ਪਲੇਟ, ਮੈਂ ਤਾਂ ਭੁੱਖ ਲੱਗੀ ਹੋਵੇ ਸਵਾਦ ਹੋਰ ਜ਼ਿਆਦਾ ਲੱਗਦਾ। ਮੈਂ ਵੀ ਜਲੰਧਰ ਤੋਂ ਵਾਪਸੀ ਆਉਂਦੇ ਨੂੰ, ਜਲੰਧਰ ਤੋਂ ਜਿਹੜਾ ਨਾ ਲਾਂਬੜੇ ਵਾਲਾ ਨਕੋਦਰ ਵਾਲਾ ਰੋਡ ਆ, ਰਿਪੇਅਰ ਹੁੰਦਾ ਪਿਆ ਆ, ਤਾਂ ਦੇਖੋ ਐਂ ਨਾ ਮੇਕਅਪ ਪੂਰਾ ਹੋ ਜਾਂਦਾ, ਜੇ ਟਾਕੀਆਂ ਖੁੱਲ੍ਹੀਆਂ ਹੋਣ ਗੱਡੀ ਦੀਆਂ, ਟੂ ਵੀਲਰ ਵਾਲੇ ਦਾ ਪੂਰਾ ਮੇਕਅਪ ਹੋ ਜਾਂਦਾ। ਬਾਈ ਨੂੰ ਲਾ ਕੇ ਅਤੇ ਹੁਣ ਚੱਲਦੀ ਹੈ ਪਿੰਡ, ਘਰ ਨੂੰ ਚੱਲੀਏ, ਜਾ ਕੇ ਪੱਠੇ ਪੁੱਠੇ ਵੀ ਜਿੱਥੇ ਪਾਈਏ, ਕੰਮ ਨਿਬੇੜੀਏ ਯਾਰ, ਮੁੱਛਾਂ ਸਵਾਰੀਆਂ ਤਾਂ ਹੀ ਫਾਇਦਾ, ਇਹ ਭਗਵਾਨ ਪੱਠੇ ਹੋਣੇ ਖੋਲੀਏ। ਗੱਡੀ ਤੋਂ ਆ ਕੇ ਫਿਰ ਸਿੱਧਾ ਹੀ ਆਪਾਂ ਪਹਿਲਾਂ ਘਰ ਜਾਣ ਦੀ ਬਜਾਏ ਗੁਰੂ ਘਰ ਚਲੇ ਗਏ, ਇਹ ਕਿਹਾ ਘਰੋਂ ਫਿਰ ਟਾਈਮ ਨਹੀਂ ਲੱਗਣਾ, ਫਿਰ ਹਨੇਰਾ ਹੋ ਜਾਣਾ, ਪਹਿਲਾਂ ਗੁਰੂ ਘਰ ਜਾ ਕੇ ਮੱਥਾ ਟੇਕ ਲਈਏ, ਹਾਜ਼ਰੀ ਲਵਾ ਦਈਏ ਗੁਰੂ ਸਾਹਿਬ ਨੇ। ਗੁਰੂ ਘਰ ਦਰਸ਼ਨ ਕਰਕੇ ਆਪਾਂ ਘਰੇ ਪਹੁੰਚੇ ਸੀ, ਆਪਣੇ ਸਵਾਰਥ ਲਈ ਮੋਹਰੇ ਚੋਬਰ ਹੋਣੀ ਬੈਠੇ ਆ, ਅਤੇ ਗੁਆਂਢੀਆਂ ਜਵਾਕ ਪਟਾਕੇ ਚਲਾਉਂਦੇ, ਇਹ ਪਟਾਕਿਆਂ ਤੋਂ ਬਹੁਤਾ ਡਰਦਾ ਆ, ਇਹਦਾ ਇੰਨਾ ਡਰਦਾ ਪਟਾਕਿਆਂ ਤੋਂ ਕਿ ਪਿਛਲੇ ਸਟੋਰ 'ਚ ਜਾ ਕੇ ਪੱਲੀਆਂ ਥੱਲੇ ਵੜ ਜਾਂਦਾ ਆ, ਉੱਥੋਂ ਨਿਕਲਦਾ ਹੀ ਨਹੀਂ ਗਾ ਮੁੜ ਕੇ, ਅੱਧੀ ਅੱਧੀ ਰਾਤ ਤੱਕ ਇਹਨੂੰ ਲੱਭਣਾ ਪੈਂਦਾ ਵੀ ਕਿੱਥੇ ਗਿਆ।